ਹਲੇਲੂਇਆ ਆਓ ਆਪਾਂ ਦੇਖਾਂਗੇ ਜਿਸ ਤਰ੍ਹਾਂ ਬਾਈਬਲ ਦੇ ਵਿੱਚ ਲਿਖਿਆ 10 ਕੁਵਾਰੀਆਂ ਬਾਰੇ 5 ਮੂਰਖ ਸੀ ਤੇ 5 ਬੁੱਧੀਮਾਨ ਸੀਗੀਆਂ ਇਹ ਐਕਟ ਉਹਦੇ ਨਾਲ ਰਿਲੇਟਡ ਆ ਕਿ ਯਿਸੂ ਮਸੀਹ ਆਉਣ ਵਾਲੇ ਆ ਇਹਦੇ ਵਿੱਚ 5 ਕੁਵਾਰੀਆਂ ਜੋ ਖੁਦਾ ਦੇ ਵਿੱਚ ਸਹੀ ਜੀਵਨ ਬਿਤਾਉਣੀਆਂ ਆ ਪ੍ਰਾਰਥਨਾ ਦੇ ਵਿੱਚ ਰਹਿੰਦੀਆਂ ਬਾਈਬਲ ਪੜ੍ਹਦੀਆਂ ਦੇ ਪ੍ਰਭੂ ਦੇ ਆਉਣ ਦੀ ਵੇਟ ਕਰਦੀਆਂ ਆ ਤੇ 5 ਉਹ ਆ ਜੋ ਯਿਸੂ ਮਸੀਹ ਦੇ ਵਚਨਾਂ ਨੂੰ ਸੀਰੀਅਸ ਨਹੀਂ ਲੈਂਦੀਆਂ ਆਪਣੀ ਮਰਜ਼ੀ ਦੇ ਨਾਲ ਜੀਵਨ ਬਤੀਤ ਕਰਦੀਆਂ ਆ ਤੇ ਜਦੋਂ ਯਿਸੂ ਮਸੀਹ ਆਉਂਦੇ ਆ ਤੇ ਉਹ ਬਾਹਰ ਖੜੀਆਂ ਰਹਿ ਜਾਂਦੀਆਂ ਤੇ ਜਿਹੜੇ ਪ੍ਰਭੂ ਦੇ ਵਚਨ ਦੇ ਅਨੁਸਾਰ ਜੀਵਨ ਬਿਤਾਉਂਦੇ ਆ ਉਹ ਪ੍ਰਭੂ ਦੇ ਨਾਲ ਚਲੇ ਜਾਂਦੀਆਂ ਹਲੇਲੂਇਆ ਜ਼ੋਰ ਦੇ ਨਾਲ ਇਸ ਐਕਟ ਦੇ ਲਈ ਪਰਮੇਸ਼ਰ ਦੀ ਤਾਰੀਫ ਕਰਾਂਗੇ ਆਓ ਸਬਜ਼ਨ ਆਪਾਂ ਉਸ ਐਕਟ ਨੂੰ ਦੇਖਾਂਗੇ ਹੈ ਵਾਓ ਮੇਰੇ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਇੰਨੇ ਲਾਈਕਸ ਤੇ ਫਾਲੋਅਰ ਮੈਂ ਤਾਂ ਹਲੇ ਕੱਲ ਹੀ ਵੀਡੀਓ ਅਪਲੋਡ ਕੀਤੀ ਸੀ ਮੁੰਡਿਆਂ ਦੇ ਇੰਨੇ ਕਮੈਂਟ ਆਏ ਹਾਏ ਨਹੀਂ ਮੈਂ ਤਾਂ ਸਾਰਾ ਦਿਨ ਫ੍ਰੀ ਨਹੀਂ ਰਹਿੰਦੀ ਮੇਰਾ ਤਾਂ ਸਾਰਾ ਦਿਨ ਫੇਸਬੁੱਕ ਤੇ ਇੰਸਟਾ ਵਿੱਚ ਲੰਘ ਜਾਂਦਾ ਆ ਤੂੰ ਕਿਉਂ ਨਹੀਂ ਫੇਸਬੁੱਕ ਤੇ ਇੰਸਟਾਗ੍ਰਾਮ ਚਲਾਉਂਦੀ ਸਾਰਾ ਦਿਨ ਬਾਈਬਲ ਹੱਥ ਦੇ ਵਿੱਚ ਬੈਠ ਕੇ ਪੜ੍ਹਦੀ ਰਹਿੰਦੀ ਹੈ ਭੈਣ ਤੂੰ ਕਿ ਨਹੀਂ ਜਾਣਦੀ ਕਿ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਹੈ ਕਿ ਸੰਸਾਰ ਨਾਲ ਮਿੱਤਰਤਾ ਕਰਨੀ ਪਰਮੇਸ਼ਰ ਨਾਲ ਵੈਰ ਕਰਨਾ ਹੈ ਹੈ ਤੂੰ ਜਾਣੇ ਤੇਰਾ ਪਰਮੇਸ਼ਰ ਜਾਣੇ ਪਰਮੇਸ਼ਰ ਜਲਦ ਆਉਣ ਵਾਲਾ ਆ ਤੇ ਸਾਨੂੰ ਤਿਆਰ ਰਹਿਣਾ ਚਾਹੀਦਾ ਆ ਹੈ ਵਾਓ ਮੈਂ ਤਾਂ ਰੱਬ ਨੇ ਵਿਹਲੇ ਟਾਈਮ ਬਣਾਇਆ ਹੋਣਾ ਮੇਰੇ ਵਰਗੀ ਕੁੜੀ ਤਾਂ ਕਿ ਇਸ ਦੁਨੀਆ 'ਤੇ ਕੋਈ ਨਹੀਂ ਹੋਣੀ ਹੈਗੀ ਆ ਹਾਏ ਮੇਰੇ ਦਾਗ ਕਿੱਥੋਂ ਪੈ ਗਿਆ ਫਾਊਂਡੇਸ਼ਨ ਕਿੱਥੇ ਆ ਹੁਣ ਠੀਕ ਆ ਇਹ ਹਾਂ ਤੂੰ ਕਿੱਦਾਂ ਦੀ ਬਣੀ ਆ ਸੋਹਣੇ ਕੱਪੜੇ ਪਾ ਕੇ ਅਤੇ ਮੇਕਅਪ ਕਰਕੇ ਰਿਹਾ ਕਰਤਾ ਸੋਭਾ ਅਤੇ ਸੋਹਣਾਪਨ ਵਿਅਰਥ ਹੈ ਪਰ ਧੰਨ ਹੈ ਉਹ ਇਸਤਰੀ ਜੋ ਪ੍ਰਭੂ ਦੀ ਵਡਿਆਈ ਕਰਦੀ ਹੈ ਫਿਰ ਤੂੰ ਮੇਕਅਪ ਕਰਕੇ ਤਾਂ ਰਿਹਾ ਕਰ ਪ੍ਰਭੂ ਯਿਸੂ ਮਸੀਹ ਆਉਣ ਵਾਲੇ ਆ ਮੈਂ ਤਾਂ ਉਹਦੇ ਲਈ ਤਿਆਰ ਹਾਂ ਉਹਨੇ ਪਤਾ ਨਹੀਂ ਕਦੋਂ ਆਉਣਾ ਹੈ ਫਿਰ ਤੂੰ ਤਿਆਰ ਬਣ ਕੇ ਰਿਹਾ ਕਰ ਤੁਹਾਨੂੰ ਪਤਾ ਉਹ ਕੁੜੀ ਮੁੰਡੇ ਨਾਲ ਨੱਠ ਗਈ ਕਿਸੇ ਹੈ ਸੱਚੀ ਤੂੰ ਹੋਰ ਕੋਈ ਤਾਂ ਵਧੀਆ ਜੀ ਗੱਲ ਸੁਣਾ ਇਹ ਕਿਸੇ ਕੋ ਮੇਰਾ ਨਾਂ ਨਾ ਲੈ ਦਿਓ ਸੁਣਿਆ ਤੁਹਾਨੂੰ ਲੈ ਅਸੀਂ ਕਦੇ ਲੈਣਾ ਸਾਨੂੰ ਤਾਂ ਮਜ਼ਾ ਬਹੁਤ ਆਉਂਦਾ ਆ ਤੁਹਾਨੂੰ ਪਤਾ ਮੇਰੇ ਘਰਦਿਆਂ ਨੇ ਮੈਨੂੰ ਆਈਫੋਨ ਲੈ ਕੇ ਦਿੱਤਾ ਚੱਲ ਝੂਠੀ ਪੂਰੇ 1 ਲੱਖ ਦਾ ਆਇਆ ਤੂੰ ਤਾਂ ਝੂਠੀ ਬੋਲਦੀ ਰਹਿੰਦੀ ਆ ਦਿਖਾ ਮੈਂ ਕਿਹੜਾ ਝੂਠ ਬੋਲਦੀ ਆ ਹੈਗਾ ਹੀ ਆ ਮੇਰੇ ਕੋਲ ਆਈਫੋਨ ਦਿਖਾ ਤਾਂ ਫੇਰ ਨਹੀਂ ਕਿਸੇ ਹੋਰ ਦਿਨ ਦਿਖਾਉਂਗੀ ਤੂੰ ਕੀ ਹਮੇਸ਼ਾ ਪ੍ਰਾਰਥਨਾ ਕਰਦੀ ਰਹਿੰਦੀ ਆ ਕਦੇ ਸਾਡੇ ਨਾਲ ਵੀ ਬੈਠ ਜਾਇਆ ਕਰ ਗੱਪਾਂ ਚੱਪਾ ਮਾਰ ਲਿਆ ਕਰ ਤੈਨੂੰ ਪਤਾ ਉਹ ਮੁੰਡੇ ਕੁੜੀ ਨਾਲ ਨੱਠ ਗਿਆ ਮੇਰੇ ਕੋਲ ਇਦਾਂ ਦੀਆਂ ਗੱਲਾਂ ਨਾ ਕਰ ਮੈਂ ਕਿਸੇ ਦੀ ਚੁਗਲੀ ਨਹੀਂ ਸੁਣਦੀ ਕਿਉਂਕਿ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਆ ਧੰਨ ਉਹ ਮਨੁੱਖ ਜਿਹੜਾ ਦੁਸ਼ਟਾਂ ਦੀ ਮੱਤ ਉੱਤੇ ਨਹੀਂ ਚੱਲਦਾ ਨਾ ਪਾਪੀਆਂ ਦੇ ਰਾਹ ਵਿੱਚ ਖੜਾ ਰਹਿੰਦਾ ਨਾ ਮਖੌਲੀਆਂ ਦੀ ਝੁੰਡੀ ਵਿੱਚ ਬਹਿੰਦਾ ਹੈ ਕਿਉਂਕਿ ਯਹੋਵਾ ਦੀ ਵਿਵਸਥਾ ਵਿੱਚ ਮਗਰ ਰਹਿੰਦਾ ਤੇ ਦਿਨ ਰਾਤ ਉਹਦੀ ਵਿਵਸਥਾ ਵਿੱਚ ਧਿਆਨ ਕਰਦਾ ਹੈ ਤੂੰ ਹਮੇਸ਼ਾ ਪ੍ਰਾਰਥਨਾ ਹੀ ਕਰਦੀ ਰਿਹਾ ਕਰ ਪ੍ਰਭੂ ਯਿਸੂ ਮਸੀਹ ਜਲਦੀ ਆਉਣ ਵਾਲਾ ਆ ਸਾਨੂੰ ਉਹਦੇ ਲਈ ਤਿਆਰ ਰਹਿਣਾ ਚਾਹੀਦਾ ਆ ਪਤਾ ਨਹੀਂ ਕਦੋਂ ਆਉਣਾ ਤੇਰੀ ਯਹੋਵਾ ਨੇ ਇਹ ਵੇਖੋ ਅੱਜ ਮੈਂ 10,000 ਦੀ ਸ਼ਾਪਿੰਗ ਕੀਤੀ ਹੈ ਸੱਚੀ ਮੇਰੇ ਕੋਲ ਇੰਨਾ ਪੈਸਾ ਆ ਕਿ ਮੈਂ ਕੁਛ ਵੀ ਕਰ ਸਕਦੀ ਹਾਂ ਤੇ ਮੈਂ ਕੁਛ ਵੀ ਖਰੀਦ ਸਕਦੀ ਹਾਂ ਫਿਰ ਰੱਬ ਨੂੰ ਵੀ ਖਰੀਦ ਸਕਦੀ ਹਾਂ ਹਾਂ ਮੈਂ ਸਭ ਕੁਛ ਕਰ ਸਕਦੀ ਹਾਂ ਮੇਰਾ ਅਕਾਊਂਟ 5 ਬੈਂਕਾਂ ਵਿੱਚ ਹੈ ਤੇ ਮੈਂ ਕਰੋੜਾਂ ਪੈਸਾ ਜਮ੍ਹਾਂ ਕੀਤਾ ਹੋਇਆ ਹੈ ਫਿਰ ਤਾਂ ਤੇਰੇ ਕੋਲ ਬਹੁਤ ਪੈਸਾ ਹੋਣਾ ਆ ਤੂੰ ਕੀ ਹਮੇਸ਼ਾ ਗਰੀਬਾਂ ਦੀ ਮਦਦ ਕਰਦੀ ਰਹਿੰਦੀ ਆ ਮੇਰੇ ਕੋਲ ਇੰਨਾ ਪੈਸਾ ਆ ਤਾਂ ਵੀ ਮੈਂ ਕਿਸੇ ਨੂੰ 1 ਵੀ ਨਹੀਂ ਦਿੰਦੀ ਤੂੰ ਵੀ ਥੋੜਾ ਜੋੜ ਲਿਆ ਕਰ ਔਖੇ ਟਾਈਮ ਤੇ ਕੰਮ ਆਉਂਦਾ ਇਹ ਭੈਣ ਤੂੰ ਜਾਣਦੀ ਹੈ ਕਿ ਬਚਨ ਦੇ ਵਿੱਚ ਕੀ ਲਿਖਿਆ ਹੈ ਤੁਸੀਂ ਆਪਣਾ ਧਨ ਧਰਤੀ ਤੇ ਇਕੱਠਾ ਨਾ ਕਰੋ ਤੁਸੀਂ ਜਿੱਥੇ ਕੀੜਾ ਜਾਂ ਜੰਗਾਲ ਵਿਗਾੜਦਾ ਹੈ ਤੁਸੀਂ ਆਪਣਾ ਧਨ ਸਵਰਗ ਦੇ ਵਿੱਚ ਇਕੱਠਾ ਕਰੋ ਜਿੱਥੇ ਨਾ ਕੀੜਾ ਹੈ ਨਾ ਜੰਗਾਲ ਵਿਗਾੜਦਾ ਹੈ ਤੁਸੀਂ ਜਿੱਥੇ ਤੇਰਾ ਧਨ ਉੱਥੇ ਮਨ ਵੀ ਹੋਣਾ ਚਾਹੀਦਾ ਹੈ ਕਿ ਤੇਰਾ ਪਰਮੇਸ਼ਰ ਸਭ ਕੁਝ ਕਰ ਸਕਦਾ ਹੈ ਤੁਸੀਂ ਜਾਣਦੇ ਹੋ ਕਿ ਪ੍ਰਭੂ ਯਿਸੂ ਮਸੀਹ ਜਲਦੀ ਆਉਣ ਵਾਲੇ ਹੈ ਅਸੀਂ ਤਿਆਰ ਰਹਿਣਾ ਹੈ ਕਿ ਉਸ ਦੇ ਨਾਲ ਜਾਣ ਲਈ
मम्मी मेरिया सारिया सहेलियां तो आईफोन है, मैनू भी आईफोन लेके दो, तुसी मेरी कोई भी विश पूरी नहीं कर दे, अज मैनू आईफोन लेके दो। नहीं नहीं बेटा, साढ़े को इन्ने पैसे नहीं कि असी तेनू आईफोन लेके दे सकिए। नहीं तुसी हमेशा इदे कर दे, तुसी कोई भी विश मेरी कदी नहीं पूरी कर दी, मैं घर का सारा समान भन देना जो तुसी मैनू आईफोन ना लेके दिता। नहीं नहीं बेटा, तू अजे बड़ी नहीं हुई कि असी तेनू आईफोन लेके दे सकिए। मैं घर छड्ड के चल जाना जे तुसी मैनू आईफोन ना लेके दिता। नहीं सिस्टर, इवे ना करो, बचन दे विच लिखिया है तू अपने पिता ते अपनी माता का आदर कर, तां जो तेरे दिन उस भूमि उत्ते जो यहोवा तेरा परमेश्वर तेनू दिंदा है लम्मे होण। की तुसी नहीं जानते प्रभु येशु मसीह जल्दी आने वाले ने, अते सानू उना दे आउण तक पवित्र ताई दे विच चलना चाहिदा है, अते उना दे नाल स्वर्ग जाण दे लई तैयार रहना चाहिदा है। तेनू ज्यादा पता है। हालेलुया, यीशु मसीह आ चुके ने, हालेलुया। वो अपने लोगों नू नाल जांदे लई आ चुके ने, जो खुदा बाप दे लई तैयार सन खुदा बाप दे नाल जाणगे, हालेलुया 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 हालेलुया। आओ तुसी मेरे नाल स्वर्ग दे वारिस होवोगे, तुसी मेरे वचन ते चले हो, तुसी संसार दे नाल प्यार नहीं कीता, तुसी मेरे नाल प्यार कीता ते मेरे वचन दे नाल प्यार कीता आ। आओ थानू आनंद जीवन दे लई मैं नाल लेके जांदा हां। हे प्रभु सानू भी अपने नाल ले जा, असी अगे तो कदे नहीं गलतियां करांगे, प्रभु सानू भी अपने नाल ले जा, प्रभु प्रभु सानू भी अपने नाल ले जा, प्रभु प्रभु सानू भी अपने नाल ले जा, प्रभु सानू भी अपने नाल ले जा, प्रभु सानू भी अपने नाल ले जा, प्रभु प्रभु सानू भी अपने नाल ले जा, प्रभु अगे तो चुगलिया नहीं करते, प्रभु जी असी अगे तो फोन नहीं चलाने, प्रभु जी सानू भी अपने नाल ले जा, प्रभु जी साडे ते भी दया कर, प्रभु जी सानू भी पिछे मुड़ के देख।